ਤੁਹਾਨੂੰ ਉਸ ਤਸਵੀਰ ਦੇ ਦਰਸ਼ਨ ਕਰਵਾਉਂਦਾ ਹਾਂ ਜਿਸ ਨੂੰ ਕਿ ਮੈਂ ਇੱਕ ਬਹੁਤ ਛੋਟੇ ਜਿਹੇ ਆਪਣੀ ਅਵਸਥਾ ਵਿੱਚ ਦੇਖਿਆ ਸ੍ਰੀ ਕਲਗੀਧਰ ਜੀ ਦੀ ਜਿੱਥੇ ਕਿ ਆਪਣੇ ਹੱਥ ਉੱਤੇ ਬਾਜ ਸਜਾ ਕੇ ਬੈਠੇ ਨੇ ਔਰ ਸਾਰੇ ਸ਼ਸਤਰ ਪਾ ਕੇ ਤਖ਼ਤ ਉੱਤੇ ਬੈਠੇ ਨੇ ਸਾਰੇ ਰਾਜਾਂ ਦੇ ਮਹਾਰਾਜੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਉਸ ਤਸਵੀਰ ਨੂੰ ਦੇਖ ਕੇ ਮੈਨੂੰ ਇਹ ਇੰਝ ਲੱਗਦਾ ਹੈ ਕਿ ਕਿਸੇ ਸ਼ਾਇਰ ਨੇ ਇਸ ਗੀਤ ਨੂੰ ਲਿਖਿਆ ਹੈ। ਇਹ ਮੇਰੀ ਆਪਣੀ ਜ਼ਿੰਦਗੀ ਦੱਸਦੀ ਹੈ ਜੋ ਸਿੱਖਿਆ ਆਪਣੇ ਧਰਮ ਦੀ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਦੇ ਸਕਦੇ ਹੋ। ਜੇ ਸਾਡੇ ਘਰਾਂ ਵਿੱਚ ਕੋਈ ਵੀ ਬਾਣੀ ਦਾ ਪ੍ਰਵਾਹ ਨਹੀਂ ਚੱਲਦਾ, ਕਦੇ ਗੁਰੂਆਂ ਆਪਣਿਆਂ ਦੀਆਂ ਕੁਰਬਾਨੀਆਂ ਦੀਆਂ ਗੱਲਾਂ ਨਹੀਂ ਹੁੰਦੀਆਂ, ਅਸੀਂ ਇਹ ਕਦੇ ਵੀ ਐਕਸਪੈਕਟ ਨਹੀਂ ਕਰ ਸਕਦੇ ਕਿ ਸਾਡੇ ਬੱਚੇ ਸਾਡੇ ਗੁਰੂਆਂ ਦੇ ਕਾਰਨਾਮਿਆਂ ਦੇ ਉੱਤੇ ਚੱਲਣ। ਇਹ ਸਾਡਾ ਆਪਣਾ ਫਰਜ਼ ਬਣ ਆਉਂਦਾ ਹੈ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਦੀਆਂ ਤਸਵੀਰਾਂ ਦਿਖਾਈਏ, ਗੁਰੂਆਂ ਦੀਆਂ ਕਾਰਨਾਮਿਆਂ ਦੇ ਉੱਤੇ ਰੋਸ਼ਨੀ ਪਾਈਏ, ਉਹਨਾਂ ਨੂੰ ਦੱਸੀਏ ਕਿ ਉਹਨਾਂ ਨੇ ਕੀ ਸਾਡੇ ਵਾਸਤੇ ਕੀਤਾ ਹੈ। ਇੱਕ ਛੋਟੀ ਜਿਹੀ ਅਵਸਥਾ ਵਿੱਚ ਜੋ ਬੱਚੇ ਦੇ ਦਿਲ ਵਿੱਚ ਉਸ ਵੇਲੇ ਉਮੰਗ ਉਠਾਏਗੀ, ਉਹ ਸਾਰੀ ਉਮਰ ਕਦੇ ਵੀ ਉਹ ਚਿੰਗਾਰੀ ਕਦੇ ਵੀ ਬੁਝੇਗੀ ਨਹੀਂ। ਤੁਹਾਡੇ ਸਾਹਮਣੇ ਉਸ ਤਸਵੀਰ ਦਾ ਜ਼ਿਕਰ ਕਰਦਾ ਹਾਂ। ਹੱਥ ਉੱਤੇ ਬਾਜ ਸੁਹਾਲਿਆ ਜੀ ਡਾਢੀ ਸੋਹਣੀ ਕਲਗੀ ਵਾਲਿਆ, ਹੱਥ ਉੱਤੇ ਬਾਜ ਸੁਹਾਲਿਆ ਜੀ ਡਾਢੀ ਸੋਹਣੀ ਸੋ
है चंद वांगू हीरियां ते मोतियां दा सिरपुर ताज है नेत्रां दी खिच है नैणां दे बाण प्रेम फंदे मुख विच्चों पुरे सत नाम दे आवाज है आलक विच फबरी तेग ते कमान तीर हाथ उते सज रहा अत सोना बाज है डुबदा बचाया बेड़ा हिंद दा दीवान सिंगा तन तन श्री दशमेश महाराज है सोई सोनी कल